ਜੱਫੇ ਤੇ ਜੱਫਾ ਖਾ ਜੱਫਾ ਓ ਗੁਰਪ੍ਰੀਤ ਨੇ ਲਾਦਾ ਕਾਸੀ ਵਾਲਿਓ ਤੂੰ ਵੀ ਲਾ ਜੱਫਾ ਲਾ ਸਾਹਮਣੇ ਜੰਗੀਆਣਾ ਓ ਜੰਗੀਆਣਾ ਹਰਿਆਣਾ ਜੰਗੀਆਣਾ ਹਰਿਆਣਾ ਓ ਬਣ ਗਿਆ ਆਦੇਤ ਦਾ ਗਾਣਾ ਲਾ ਤਗੜਾ ਮੈਚ ਆ ਮੈਚ ਠੀਕਰੀ ਵਾਲੇ ਮੁੰਡੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਸੇਵਾ ਸਿੰਘ ਜੀ ਉਹਨਾਂ ਦਾ ਪਿੰਡ ਹੈ ਭਰਾ ਕਹਿੰਦੇ ਗੁਰਪ੍ਰੀਤ ਠੀਕਰੀ ਵਾਲੇ ਪਿੰਡ ਦਾ ਭਰਾ ਇਸ ਵਾਲੇ ਹੱਪੀ ਦੇ ਪਿੰਡਾਂ ਦਾ ਮੁੰਡਾ ਹੈ ਭਰਾ ਦੇਖਿਓ ਇਹ ਗੁਰਪ੍ਰੀਤ ਸਿੰਘ ਫਰਿਆਦ ਦੇ ਨਾਲ ਕਰਕੇ ਮੁਕਾਬਲਾ ਇੱਕ ਤਗੜਾ ਨੰਬਰ ਜੋੜਦਾ ਹੈ ਇੱਕ ਪਾਸੇ ਕਹਿੰਦੇ ਜਟਾਣਿਆਂ ਵਾਲਾ ਕੁਲਵੀਰ ਹੈ ਨਾਲ ਕਹਿੰਦੇ ਜੇਗੀ ਵਾਲੇ ਦਾ ਗੁਰਪ੍ਰੀਤ ਹੈ ਰਿੰਕੂ ਕਰੰਟੀ ਆ ਗਿਆ ਕਬੱਡੀ ਪਾਉਣ ਦੇ ਲਈ ਉਹ ਮੁੰਡਾ ਕਹਿੰਦੇ ਜੀਤ ਤੋਂ ਆਇਆ ਮੁੰਡਾ ਹਰਿਆਣੇ ਤੋਂ ਆਇਆ ਉਹ ਪਹਿਲਾਂ ਪਹਿਲਵਾਨੀ ਕਰਦਾ ਰਿਹਾ ਇਹ ਗੱਡੀਆਂ ਦਾ ਜੇਤੂ ਹੈ ਤੇ ਦੂਜੇ ਪਾਸੇ ਗੁਰਪ੍ਰੀਤ ਜੇਗੀ ਵਾਲੇ ਪਿੰਡ ਦਾ ਲੈ ਵੀ ਕਮੜੇ ਕਾਕਾ ਆ ਗਿਆ ਰੋਡ ਤੇ ਲਾ ਕਹਿੰਦੇ ਨਗਲੇ ਵਾਲਾ ਕਾਕਾ ਰੇਡ ਪਾ ਰਿਹਾ ਚਾਰ ਜਾਫੀਆਂ ਵਿੱਚ ਹੁਣ ਕਿਹੜਾ ਨੌਜਵਾਨ ਗੱਭਰੂ ਬੱਲੇ ਬੱਲੇ ਕਰਵਾਵੇਗਾ ਫਰਿਆਦ ਨਾਲੇ ਆਹ ਫਰਿਆਦ ਆਹ ਚੁੰਬਕ ਚੁੰਬੜ ਗਿਆ ਆਹ ਫਰਿਆਦ ਉਹ ਫਰਿਆਦ ਦਾ ਜੱਫਾ ਵਧੀਆ ਲੱਗਿਆ ਤੇ ਲਲਕਾਰ ਐਨ ਵਜਿਆ ਪਿਆ ਨਜ਼ਾਰਾ ਰੇੜ ਮਾੜੀ ਵਾਲੇ ਸ਼ਕੰਦਰ ਦੀ ਅਮਰੀਕ ਕਰੀ ਗੱਲ ਉਹ ਸ਼ਕੰਦਰ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਜੇਗੀਆਂ ਨੇ ਵੀ ਧਰਤੀ ਦੇ ਕਹਿੰਦੇ ਚਾਰ ਪਿਆਰ ਬਰ ਪਿਆਰ ਨੇ ਕੌਣ ਉੱਤੇਗਾ ਆਓ ਗੁਰਪ੍ਰੀਤ ਕਹਿੰਦੇ ਆਪ ਆਇਆ ਹੋਇਆ ਆਓ ਕੁਲਵੀਰ ਕਹਿੰਦੇ ਜਟਾਣੇ ਪਿੰਡ ਦਾ ਜਿਹਦੇ ਟਰਾਈ ਕੀਤੇ ਨੰਬਰ ਜਿਹੜਾ ਹੈ ਰੇਡਰ ਦੇ ਹਿੱਸੇ ਜੁੜਦਾ ਹੋਇਆ ਆਓ ਕਬੱਡੀ ਪਾਉਣ ਦੇ ਲਈ ਗੁਰੂ ਵਾਢਾ ਹੋਇਆ ਗੁਰਪ੍ਰੀਤ ਠੀਕਰੀ ਆਈ ਹੈ ਲੈਣੀ ਗੁਰਵਿੰਦਰ ਥੋੜਾ ਖੋਲ ਲੈ ਆਓ ਸਾਹਮਣੇ ਠੀਕਰੀ ਆਈ ਹੈ ਕਹਿੰਦੇ ਗੁਰਪ੍ਰੀਤ ਦੀ ਰੇਡ ਪੈ ਰਹੀ ਹੈ ਹੁਣ ਇੰਦਰਜੀਤ ਹੈ ਫਰਿਆਦ ਹੈ ਨਾਲ ਕਹਿੰਦੇ ਨੌਜਵਾਨ ਚੁੰਟੀ ਹੈ ਕਲਸੀਆਂ ਦੀ ਟੀਮ ਆਹ ਚੰਗੀਆਂ ਨੇ ਤੇ ਕਲਸੀਆਂ ਦਾ ਮੈਚ ਆਹ ਭਰੀ ਗਈ ਪਗਲ ਭੱਜ ਗਈ ਕੈਂਚੀ ਇੰਦਰਜੀਤ ਕਲਸੀਆਂ ਵਾਲਾ ਹੈ ਇੰਦਰਜੀਤ ਕਲਸੀਆਂ ਵਾਲਾ ਕੁਲਦੀਪ ਕਲੇਰ ਭਰਾ ਸਾਡਾ ਕਹਿੰਦਾ ਤੁਹਾਡੇ ਪਾਸੇ ਜਿੰਨੇ ਜੱਫੇ ਲੱਗਣਗੇ ਉਹਦੇ ਪੰਜ ਸੌ ਦਿੱਤੇ ਜਾਣਗੇ ਉਹਦੇ ਪੰਜ ਸੌ ਦਿੱਤੇ ਜਾਣਗੇ ਮੈਂ ਪੁੱਛਿਆ ਬਾਈ ਨਾ ਕਿਹਦਾ ਬੋਲਣਾ ਕਹਿੰਦਾ ਬੋਲਣਾ ਬੋਲਦੇ ਨਹੀਂ ਰਹਿਣ ਦੇ ਆਪਾਂ ਪੈਸੇ ਦੇਣੇ ਆ ਆਪਣਾ ਪਿਆਰ ਹੈ ਆਪਾਂ ਨੂੰ ਨਾ ਨੀ ਜ਼ਰੂਰੀ ਇਹ ਕਬੱਡੀ ਦੇ ਨੰਬਰ ਰੇਡਰ ਲੈ ਸਾਡੇ ਆਸਟ੍ਰੇਲੀਆ ਗਰੁੱਪ ਵੱਲੋਂ ਜਿੰਨੇ ਵੀ ਜੱਫੇ ਦੋਨੋਂ ਸਾਈਡਾਂ ਤੇ ਲੱਗਣਗੇ ਢੁੱਡੀ ਕੇ ਦੇ ਵੀਰ ਜਿਹੜੇ ਆਸਟ੍ਰੇਲੀਆ ਵੱਸਦੇ ਹੈ ਉਹਨਾਂ ਵੱਲੋਂ ਪੰਜ ਸੌ ਹੈ ਮੇਰੇ ਵੀਰੋ ਇੰਦਰਜੀਤ ਤੇ ਨਗਲੇ ਵਾਲਾ ਜੱਸੀ ਪੀਐਨਬੀ ਵਾਲੇ ਵੀਰ ਸਾਡੇ ਤੇ ਨਿਰਮਲ ਯੂਏਈ ਉਹ ਭਰਾ ਕਹਿੰਦਾ ਇੰਦਰਜੀਤ ਦੇ ਤਿੰਨ ਜੱਫੇ ਯਾਦ ਹੈ ਮੇਰੇ ਵੀਰੋ ਤਿੰਨ ਜੱਫੇ ਵੀ 2100 ਦੇ ਹੋਰ ਗਏ ਕਈ ਰੇਡ ਚਾਰ ਜਾਫੀਆਂ ਵਿੱਚੋਂ ਜੰਗੀ ਆਉਣੇ ਵਾਲਾ ਹੈ ਆਹ ਯਾਰੀ ਵੀ ਪੱਕੀ ਹੈ ਅੱਜ ਵੇਖਦੇ ਵੀ ਗੱਲ ਆਹ ਗੱਲ ਕਹਿੰਦੇ ਇਸ ਵੇਲੇ ਐਨ ਸਰੇ ਦੀ ਬਣੀ ਪਈ ਹੈ ਮਾੜੀ ਵਾਲਾ ਸ਼ਕੰਦਰ ਨੰਬਰ ਲੈ ਗਿਆ ਤੇ ਗੁਰਪ੍ਰੀਤ ਆ ਗਿਆ ਮੇਰੇ ਵੀਰੋ ਠੀਕਰੀ ਵਾਲੀ ਹੈ ਆਹ ਫਰਿਆਦ ਇੰਦਰਜੀਤ ਜੋਂਟੀ ਤਿਆਰ ਨੇ ਢੁੱਡੀ ਘੇਰੇ ਵਿੱਚ ਮੇਲਾ ਹੋ ਰਿਹਾ ਹੈ ਐਨ 65ਵੇਂ ਸਾਲ ਦੇ ਵਿੱਚ ਲਾਲਾ ਲਾਜਪਤ ਰਾਏ ਯਾਦਗਾਰੀ ਖੇਡ ਮੇਲੇ ਤੇ ਵੱਡੀਆਂ ਰੌਣਕਾਂ ਨੇ ਐਨ ਦੁਨੀਆ ਦੇਖ ਰਹੀ ਹੈ ਕਬੱਡੀ 365 ਤੇ ਜੱਗ ਜੁੜਿਆ ਹੋਇਆ ਆਓ ਠੀਕਰੀ ਆਈ ਆ ਗੁਰਪ੍ਰੀਤ ਨੰਬਰ ਲੈ ਕੇ ਮੁੜ ਗਿਆ ਤੇ ਹਰਿਆਣੇ ਕਾ ਸ਼ੋਰਾ ਆ ਗਿਆ ਹਰਿਆਣੇ ਕਾ ਸ਼ੋਰਾ ਆ ਗਿਆ ਬਲਕ ਸਾਡਾ ਵੀਰ ਬਿੱਕਾ ਮਲਕ ਜੰਗੀ ਜਿਹੜੀ ਗੁਰਪ੍ਰੀਤ ਹਰ ਜੱਫਾ 500 ਦਾ ਹੋਵੇਗਾ ਆਓ ਕਹਿੰਦੇ ਰੇਡ ਪੈ ਰਹੀ ਹੈ ਇੱਧਰ ਕਹਿੰਦੇ ਚਾਰ ਜਾਫੀ ਤਿਆਰ ਨੇ ਆਏ ਕਹਿੰਦੇ ਰਿੰਕੂ ਖਰੇਟੀ ਮੇਰੇ ਮਿੱਤਰ
ਜਿਹਨੇ ਪੜ ਕੇ ਕਬੱਡੀ ਪਾਈ ਹੈ ਰਵੀ ਰਾਜੇ ਦੁਬਾਰ ਕਰਾਬ ਹੈ ਇਹੋ ਜਿਹੇ ਪਲੇਅਰਾਂ ਨੂੰ ਦੁਨੀਆ ਦੱਸਦੀ ਹੈ ਜਿਹੜੇ ਇੱਥੇ ਸੱਦੇ ਹੋਏ ਅੱਜ ਆਓ ਕਿਵੇਂ ਪਿਆਰ ਹੈ ਯਾਰੀਆਂ ਆਓ ਰੇਕੂ ਕਿਵੇਂ ਵਾਪਸ ਚਲਾ ਗਿਆ ਨੰਬਰ ਲੈ ਕੇ ਆ ਗਿਆ ਕਿਵੇਂ ਕਾਪਾ ਆਓ ਤਲਵੰਡੀ ਸਾਬੋ ਦੇ ਏਰੀਏ ਦਾ ਮੁੰਡਾ ਰੇਡ ਪਾ ਰਿਹਾ ਉਹਨੂੰ ਚੱਕ ਮੈਗ ਦੇ ਕਾਰੀਆਂ ਨੇ ਕਾਕੇ ਦੀ ਰੇਡ ਤਲਵੰਡੀ ਸਾਬੋ ਦੇ ਇਲਾਕੇ ਦਾ ਨਗਲੇ ਵਾਲਾ ਕਾਕਾ ਫਰਿਆ ਪਰ ਨੰਬਰ ਕਹਿੰਦੇ ਜੰਗੀਆਣੇ ਦੀ ਟੀਮ ਦਾ ਹੈ ਨੰਬਰ ਕਹਿੰਦੇ ਜੰਗੀਆਣੇ ਦਾ ਮਾੜੀ ਵਾਲਾ ਸ਼ਿਕੰਦਰ ਆਓ ਸ਼ਿਕੰਦਰ ਕਹਿੰਦੇ ਕਬੱਡੀ ਪਾ ਰਿਹਾ ਉਧਰ ਗਰੀਵੀਰ ਕਹਿੰਦਾ ਵੀ ਮੀਡੀਆ ਵਾਲੇ ਟੋਨੀ ਵੱਲੋਂ ਵੱਡੇ ਮਾਨ ਸਨਮਾਨ ਪੰਜ ਪੰਜ ਸੌ ਦੇ ਹੋਣਗੇ ਪੰਜ ਪੰਜ ਸੌ ਦੇ ਮਾਨ ਤੋਂ ਸਨਮਾਨ ਹੋਣਗੇ ਮੀਡੀਆ ਵਾਲਾ ਜਿਹੜੀ ਸਾਡਾ ਵੀਰ ਜਾਣਕਾਰੀ ਜ਼ਿਆਦਾ ਕਰਨਾ ਆਏ ਕਹਿੰਦੇ ਕੁਲਵੀਰ ਜਿਤਾਰਿਆਂ ਨਾਲ ਨੰਬਰ ਜਿਹੜਾ ਹੈ ਰੇਡਰ ਦਾ ਹੈ ਪੁਆਇੰਟ ਕਹਿੰਦੇ ਰੇਡਰ ਦਾ ਹੈ ਆਓ ਅਗਲੀ ਰੇਡ ਸਾਹਮਣੇ ਨੌਜਵਾਨ ਦੇ ਗੱਭਰੂ ਇਹ ਹੈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਿਆ ਹੋਇਆ ਅੱਜ ਦੇ ਟਾਈਮ ਦਾ ਚੋਟੀ ਦਾ ਰੇਡਰ ਇਹ ਗੁਰਪ੍ਰੀਤ ਹੈ ਆਹ ਪਈ ਹੋਈ ਰੇਡ ਹੈ ਚਾਰ ਜਾਫੀਆਂ ਵਿੱਚੋਂ ਹੁਣ ਕਿਹੜਾ ਨੌਜਵਾਨ ਗੱਭਰੂ ਫਰਿਆਦ ਤੇ ਪੁਆਇੰਟ ਰੇਡਰ ਦਾ ਹੈ ਮੇਰੇ ਵੀਰੋ ਆਓ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਖਰੈਟੀ ਆ ਗਿਆ ਖਰੈਟੀ ਆ ਗਿਆ ਉਧਰ ਕਹਿੰਦੇ ਵੀ ਆਸਟ੍ਰੇਲੀਆ ਗਰੁੱਪ ਵਾਲੇ ਵੀਰ ਆਸਟ੍ਰੇਲੀਆ ਗਰੁੱਪ ਵਾਲੇ ਜਿਹਨਾਂ ਨੇ ਮੋਟਰਸਾਈਕਲ ਸਪਾਂਸਰ ਕੀਤੇ ਆ ਦੋਵੇਂ ਪਾਸੇ ਜਿੰਨੇ ਜਫੇ ਪੰਜ ਪੰਜ ਸੌ ਦਾ ਵੱਲੋਂ ਦਿੱਤਾ ਜਾਵੇਗਾ ਤੇ ਪੰਜ ਪੰਜ ਸੌ ਰੁਪਏ ਕਹਿੰਦੇ ਚੂੜ ਚੱਕਿਆ ਬਾਬਾ ਆਇਆ ਹੋਇਆ ਭਰਾ ਸਾਡਾ ਉਹਨਾਂ ਵੱਲੋਂ ਵੱਡੇ ਮਾਣ ਤੋਂ ਸਨਮਾਨ ਹੋਣਗੇ ਨਾ ਪੁਆਇੰਟ ਰੇਡਰ ਦਾ ਪੰਦਰਾਂ ਨੂੰ ਕਹਿੰਦੇ ਚੂੜ ਚੱਕ ਦੀ ਮਹਾਂਕੁੰਭ ਹੋਣਾ ਐਨ ਗੱਲਾਂ ਵੱਖਰੀਆਂ ਆਉਣੀਆਂ ਚੂੜ ਚੱਕ ਦੇ ਮੇਲੇ ਦੇ ਵੀ ਕੁਲਦੀਪ ਕਲੇਰ ਵੱਲੋਂ ਢੁੱਡੀਕੇ ਵਾਲੇ ਰਾਜੇ ਵੱਲੋਂ ਸੱਦੇ ਹੈ ਆਓ ਫਰਿਆਦ ਮੇਰੇ ਵੀਰੋ ਫਰਿਆਦ ਜਫਾ ਲਾ ਗਿਆ ਐਨ ਪੱਲੇ ਬੱਲੇ ਕਰਵਾ ਗਿਆ ਤੇ ਰੇਡ ਤੇ ਉਧਰ ਜਸਵੀਰ ਪੀ ਐਨ ਵੀ ਤੇ ਨਿਰਮਲ ਯੂਏ ਉਹਨਾਂ ਵੱਲੋਂ ਪੱਤੀ ਸੌ ਰੁਪਏ ਜਾਵੇਗਾ ਗੁਰਪ੍ਰੀਤ ਦੇ ਤਿੰਨਾਂ ਜੱਫਿਆਂ ਦਾ ਫਰਿਆਦ ਦੇ ਤਿੰਨਾਂ ਜੱਫਿਆਂ ਦਾ ਇੰਦਰਜੀਤ ਦੇ ਤਿੰਨਾਂ ਜੱਫਿਆਂ ਦਾ ਇਕੱਤੀ ਇਕੱਤੀ ਸੌ ਰੁਪਏ ਜਾਵੇਗਾ ਸ਼ਿਕੰਦਰ ਭੱਜ ਗਿਆ ਲਓ ਠੀਕਰੀ ਵਾਲੀ ਆ ਗੁਰਪ੍ਰੀਤ ਆ ਗਿਆ ਮੇਰੇ ਵੀਰੋ ਠੀਕਰੀ ਵਾਲੀ ਆ ਗੁਰਪ੍ਰੀਤ ਆ ਗਿਆ ਰੇਡ ਪਾਉਣ ਦੇ ਲਈ ਉਧਰ ਕਹਿੰਦੇ ਗੁਰਪ੍ਰੀਤ ਦੀ ਕਬੱਡੀ ਪੈ ਰਹੀ ਹੈ ਠੀਕਰੀ ਵਾਲੇ ਦੀ ਧਰਤੀ ਦਾ ਮੀਡੀਆ ਵਾਲੇ ਟੋਨੀ ਵੱਲੋਂ ਪੰਜ ਪੰਜ ਸੌ ਰੁਪਏ ਜਾਵੇਗਾ ਉਧਰ ਕਹਿੰਦੇ ਰੇਡਾਂ ਪੈ ਰਹੀਆਂ ਜੱਫੇ ਲੱਗ ਰਹੇ ਆ ਆਓ ਢੁੱਡੀਕੇ ਵਾਲੀ ਧਰਤੀ ਆ ਇਤਿਹਾਸ ਬੋਲਦਾ ਆਓ ਕਹਿੰਦੇ ਕਿੰਨੀ ਕੁਰਬਾਨੀ ਹੈ ਪੁਆਇੰਟ ਰੇਡਰ ਲੈ ਮੇਰੇ ਵੀਰੋ ਠੀਕਰੀ ਵਾਲੀਆ ਨੰਬਰ ਲੈ ਗਿਆ ਰੇਡ ਤੇ ਰੇਂਕੂ ਖਰੈਟੀ ਆ ਗਿਆ ਰੇਂਕੂ ਖਰੈਟੀ ਵੀ ਕਬੱਡੀ ਪੈ ਰਹੀ ਹੈ ਰੇਂਕੂ ਖਰੈਟੀ ਕਹਿੰਦੇ ਕਬੱਡੀ ਪਾ ਰਿਹਾ ਜਿਵੇਂ ਆਪਾਂ ਨੇ ਪਹਿਲਾਂ ਗੱਲ ਕੀਤੀ ਹੈ ਵੀ ਅੱਜ ਕਹਿੰਦੇ ਨੇਤ ਰਾਮ ਸ਼ਰਮਾ ਆਇਆ ਹੋਇਆ ਬਾਹਰ ਨੇ ਦੀਆਂ ਗੱਲਾਂ ਖੁੱਲਣਗੀਆਂ ਲਓ ਸਾਹਮਣੇ ਜੰਗੀ ਆਣਾ ਜੰਗੀ ਆਣਾ ਜੰਗੀ ਆਣਾ ਆਓ ਚੰਗੀ ਆਣਾ ਹਰਿਆਣਾ ਚੰਗੀ ਆਣਾ ਹਰਿਆਣਾ ਆਓ ਬਣ ਗਿਆ ਰੇਤ ਦਾ ਗਾਣਾ ਆਓ ਚੰਗੀ ਆਣਾ ਤੇ ਹਰਿਆਣਾ ਆਓ ਗਾਣਾ ਆਸਟ੍ਰੇਲੀਆ ਗਰੁੱਪ ਵਾਲਿਆਂ ਵੱਲੋਂ ਜੱਫੇ ਤੇ ਜੱਫਾ ਥਾ ਜੱਫਾ ਉਹ ਗੁਰਪ੍ਰੀਤ ਨੇ ਲਾਦਾ ਕਾਸੀਆ ਵਾਲਿਓ ਤੂੰ ਵੀ ਲਾ ਜੱਫਾ ਆਓ ਜੱਫੇ ਤੇ ਜੱਫਾ ਥਾ ਜੱਫਾ ਐਨ ਜੱਫੇ ਤੇ ਜੱਫਾ ਲੱਗ ਰਿਹਾ ਉਧਰ ਪਿੰਨਾ ਕਿਵੇਂ ਦਾ ਕੁਲਵਿੰਦਰ ਕਿਵੇਂ ਦਾ ਤੇ ਨਾਲ ਸਾਡੇ ਵੀਰ ਸੁਖਮੰਦਰ ਕਿਵੇਂ ਦਾ ਧੰਨਵਾਦ ਹੈ ਆਓ ਕਹਿੰਦੇ ਸ਼ਿਕੰਦਰ ਕਬੱਡੀ ਪਾ ਰਿਹਾ ਉਧਰ ਕਹਿੰਦੇ ਮਾੜੀ ਵਾਲੇ ਵੀ ਰੇਡ ਪੈ ਰਹੀ ਹੈ ਉਧਰ ਕੁਲਵੀਰ ਵਰਗੇ ਤਿਆਰ ਨੇ ਆ ਜਿਤਾਣਿਆ ਨੰਬਰ ਧਾਵੀ ਦਾ ਠਿਕਰੀ ਵਾਲੀ ਆ ਗੁਰਪ੍ਰੀਤ ਰੇਡ ਪਾ ਰਿਹਾ ਕੇ ਜਦ ਪੈਰ ਪੁੱਟਣ ਗੱਭਰੂ ਧਰਤੀ ਹਿਲਦੀ ਧਰਤੀ ਹਿਲਦੀ ਖੇਡ ਤਾਕਤਾਂ ਦੀ ਉਹ ਨਾਰੇ ਹੈਗੀ ਵੱਡੇ ਦਿਲ ਦੀ ਇਹ ਖੇਡ ਤਾਕਤਾਂ ਦੀ ਨਾਰੇ ਹੈਗੀ ਵੱਡੇ ਦਿਲ ਦੀ ਹੁਣ 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 ਪੁਆਇੰਟ ਠਿਕਰੀ ਵਾਲੀ ਹੈ ਗੁਰਪ੍ਰੀਤ ਹੈ ਮੇਰੇ ਵੀਰੋ ਨੰਬਰ ਧਾਵੀ ਦਾ ਅਗਲੀ ਰੇਡ ਕੌਣ ਪਾਵੇਗਾ
ਅਗਲੀ ਰੇਡ ਕੌਣ ਪਾਵੇਗਾ ਅਗਲੀ ਰੇਡ ਜੋ ਵੀ ਪਾਵੇਗਾ ਸੋਚ ਕੇ ਪਾਵੇਗਾ ਸਿਕੰਦਰ ਆ ਗਿਆ ਸਿਕੰਦਰ ਆ ਗਿਆ ਗੀਤ ਸੀ ਜਾਂਦਾ ਕਿ ਮਿਲਾਂ ਸਰਦਾ ਇਹ ਰੇਡਰ ਘਰ ਜਾ ਕੇ ਆਏ ਨਾ ਕਹਿਣ ਦੀ ਔਰ ਆ ਗਿਆ ਵੀ ਅਸੀਂ ਸੌਖੀਆਂ ਹੀ ਪਾ ਦੀਆਂ ਆਓ ਸਰਪੰਚ ਸਾਹਿਬ ਰੇਡਰ ਗੋਡਿਆਂ ਦੇ ਕਰਤੇ ਮੁੰਡਿਆਂ ਨੇ ਆਓ ਦੇਖੋ ਸਿਕੰਦਰ ਰੇਡ ਪਾ ਰਿਹਾ ਕੁਲਵੀਰ ਓ ਨੋ ਨੰਬਰ ਸਿਕੰਦਰ ਦਾ ਦੇਖ ਲਈ ਰੇ ਕਾਕਾ ਮੇਰਾ ਪਟਾਕਾ ਨਗਲੇ ਵਾਲਾ ਕਾਕਾ ਹੈ ਜਿਨ੍ਹਾਂ ਦੀ ਡਿਊਟੀ ਨੀ ਪਲੀਜ਼ ਥੋੜਾ ਤੁਰ ਫਿਰ ਕੇ ਮੇਲਾ ਦੇਖ ਢੁੱਡੀ ਕੇ ਮੇਲਾ ਲੱਗਿਆ ਤੁਰ ਫਿਰ ਕੇ ਮੇਲਾ ਦੇਖ ਢੁੱਡੀ ਕੇ ਆ ਮੇਲਾ ਲੱਗਿਆ ਠੱਠ ਵਜਿਆ ਆਓ ਨਗਲੇ ਵਾਲਾ ਇਹ ਕਾਕਾ ਮੇਰਾ ਹੀ ਪਟਾਕਾ ਓ ਹਰਿਆਣੇ ਕਾ ਸ਼ੋਰਾ ਸਾਹਮਣੇ ਰੇਕੂ ਕਬੱਡੀ ਪਾ ਰਿਹਾ ਉਹ ਹਰਿਆਣੇ ਵਾਲਾ ਆ ਗਿਆ ਜੰਗੀਆਂ ਨੇ ਆ ਰਿਹਾ ਭੇਪਾ ਉਹ ਫੜ ਤਿਆਰੀ ਰੋਗੀ ਕਹਿੰਦੇ ਭੇਪਾ ਫੜ ਇਹ ਹਰਿਆਣਾ ਐਕਸਪ੍ਰੈਸ ਹੈ ਲਾਲੀ ਨੇ ਮੱਥਾ ਟੇਕਦਾ ਤੇ ਸਮਝ ਲਓ ਕੰਮ ਗੱਲ ਟਿਕਾਣੀ ਲੱਗ ਗਈ ਆ ਗਿਆ ਉਹ ਚੰਗੀਆਂ ਨੇ ਸਾਡੇ ਦਾਸ ਤੇ ਕਾਲਸੀਆਂ ਨੇ 14 ਨੰਬਰ ਲੈ ਕੇ ਜਿੱਤ ਗਏ ਦੋਸਤੋ ਮੈਚ ਤੁਸੀਂ ਦੇਖ ਹੀ ਲਿਆ ਮੈਚ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ 'ਚ ਜ਼ਰੂਰ ਲਿਖਣਾ ਨਾਲ ਹੀ ਇਹ ਵੀ ਦੱਸੋ ਕਿ ਕਿਹੜਾ ਫੇਵਰੇਟ ਖਿਡਾਰੀ ਹੈ ਤੁਹਾਡਾ ਜਿਹੜਾ ਇਸ ਮੈਚ ਦੇ ਵਿੱਚ ਖੇਡਿਆ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੈਚ ਸਾਡੇ ਯੂਟਿਊਬ ਚੈਨਲ 'ਤੇ ਅਵੇਲੇਬਲ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਔਰ ਸਾਡੀਆਂ ਨਾਲ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ